केंद्र सरकार वालों बजट पेश किए जाने तो बाद हुण भाजपा लीडर उस नूं घर घर तक पहुंचा रहे ने अते इस बजट नूं जनहित दस्या जा रहा है, जबकि पंजाब दे मुख्यमंत्री ने कहा सी कि इस बजट दे विच पंजाब नूं अणदेखा किया गया है। उथे ही मोगा विखे पहुंचे भाजपा आगू राजकुमार ने कहा कि यह बजट पंजाब अते किसान दे हित विच है अते पंजाब दे लई इस बजट विच बहुत कुछ दिता गया है। इस दे नाल ही उन्होंने कहा है कि अडानी एक फार्म है अते ओहो अपना बिजनेस करता है, उसका सरकार दे नाल कोई भी संबंध नहीं है अते ना ही हुण तक कुछ सामने आया है। उन्होंने स्कॉलरशिप अते आयुष्मान स्कीम नूं लैके कहा कि इन्हां दा सारा पैसा केंद्र सरकार वल्लों आउंदा है पर पंजाब सरकार इस नूं चलाउण विच नाकाम हो रही है। मैं तुहानूं इह गल कही बई जिहड़ा जिहड़ी GST है, GST काफ़ी घटाई है और बहुत सारिया चीज़ों जो घटाई है, तुम चैक करके देखो। लेकिन मैं एक गल तुहानूं एक गल कह रहा बई जिहड़ी स्टेट गौरमेंट आ ਇਹ ਕੀ ਕਰ ਰਹੀ ਹੈ ਭਾਈ, ਸਟੇਟ ਆਪਣਾ ਰੈਵਨਿਊ ਨਹੀਂ ਇਕੱਠਾ ਕਰਦੀ, ਸਟੇਟ ਆਪਣਾ ਟੈਕਸ ਨਹੀਂ ਇਕੱਠਾ ਕਰਦੀ, ਇਹਨਾਂ ਨੇ ਕੀ ਰਿਲੀਫ ਦਿੱਤੀ ਇਹਨਾਂ ਨੇ? ਤੇ ਉਲਟਾ ਤੁਸੀਂ ਕਹਿੰਦੇ ਬੋਝ ਦੀ ਗੱਲ, ਸਾਡੀ ਸਾਰੀ ਟਰਾਂਸਪੋਰਟ ਮਹਿੰਗੀ ਹੋ ਗਈ, ਸਾਡਾ ਢੁਆਈ ਦਾ ਕੰਮ, ਸਾਡਾ ਸਮਾਨ ਇੱਧਰ ਉੱਧਰ ਲਿਜਾਣ ਦਾ ਕੰਮ ਸਾਰਾ ਮਹਿੰਗਾ ਹੋ ਗਿਆ, ਔਰ ਪੈਟਰੋਲ ਤੇ ਡੀਜ਼ਲ ਦੇ ਉੱਪਰ 90 ਪੈਸੇ ਸੈੱਸ ਇਹਨਾਂ ਨੇ ਲਗਾਈ ਕਿ ਪੈਟਰੋਲ ਤੇ ਡੀਜ਼ਲ ਤੇ ਪਹਿਲੇ ਹੀ ਦੇਸ਼ ਤੋਂ ਸਭ ਤੋਂ ਮਹਿੰਗਾ ਇਹ ਸਟੇਟ ਦੇ ਅੰਦਰ ਪਹਿਲੇ ਵੀ ਹੈਗਾ ਸੀ। ਔਰ ਅੱਜ ਬਈ ਜਿਹੜੀਆਂ ਪਿਛਲੀ ਸਰਕਾਰਾਂ ਨੇ ਰੇਟ ਘਟਾਏ ਸੀ ਇਹਨਾਂ ਨੇ ਤਾਂ ਕਿਹਾ ਸੀ ਬਈ ਅਸੀਂ ਸਾਨੂੰ ਫੰਡ ਦੀ ਲੋੜ ਕੋਈ ਨਹੀਂ, ਅਸੀਂ ਕੋਈ ਟੈਕਸ ਨਹੀਂ ਲਾਉਣਾ, ਸਾਨੂੰ 20,000 ਕਰੋੜ ਰੁਪਈਆ ਰੇਤੇ 'ਚੋਂ ਆ ਜਾਣਾ, 15,000 ਕਰੋੜ ਰੁਪਈਆ ਅਸੀਂ ਐਕਸਾਈਜ਼ ਡਿਊਟੀ ਵਧਾ ਲੈਣੀ ਅਤੇ ਮੌਜਾਂ ਲੱਗ ਜਾਣੀਆਂ ਅਤੇ ਬੱਲੇ ਬੱਲੇ ਅਸੀਂ ਪੈਸਾ ਹੀ ਵੰਡੀ ਜਾਣਾ, ਪੈਸਾ ਹੀ ਵੰਡੀ ਜਾਣਾ। ਹੁਣ ਜਾਨ ਨਿਕਲੀ ਫਿਰਦੀ ਉਹ 60,000 ਕਰੋੜ ਰੁਪਏ ਦਾ ਕਰਜ਼ਾ ਲੈ ਬੈਠੇ ਹੀ, ਔਰ ਹੁਣ ਕਰਜ਼ਾਈ ਹੋਈ ਫਿਰਦੇ ਹੈ, ਜਿਹਨੂੰ ਕਹਿੰਦੇ ਨੱਚਣਾ ਨਾ ਆਵੇ ਤਾਂ ਆਂਗਨ ਟੇਢਾ, ਨਾ ਤੁਹਾਨੂੰ ਪੜ੍ਹਨਾ ਆਉਂਦਾ, ਨਾ ਤੁਹਾਨੂੰ ਲਿਖਣਾ ਆਉਂਦਾ, ਨਾ ਤੁਹਾਨੂੰ ਕੋਈ ਸਮਝ ਲੱਗਦੀ, ਅਤੇ ਹੁਣ ਜਦੋਂ ਸਿਰ 'ਤੇ ਪਈ ਆ ਅਤੇ ਹੁਣ ਤੁਸੀਂ ਟਾਰਾ ਮਾਰਦੇ ਹੋ, ਬੰਗਾ ਦੀ ਫਿਰਦੇ ਹੋ, ਇਹ ਤੁਹਾਨੂੰ ਨਿਭਾਉਣੀ ਪੈਣੀ ਹੈ। ਪੰਜਾਬ ਦੇ ਲੋਕਾਂ ਨੇ ਤੁਹਾਨੂੰ ਬਖਸ਼ਣਾ ਨਹੀਂ, ਇਹ ਗੱਲ ਦਾ ਧਿਆਨ ਰੱਖਣ ਸਰ। ਤੇਲ ਦੇ ਪਹਿਲਾਂ ਕੱਚੇ ਤੇਲ ਦੇ ਰੇਟ ਬਹੁਤ ਜ਼ਿਆਦਾ ਸੀਗੇ ਔਰ ਰੇਟ ਘੱਟ ਸੀਗਾ, ਹੁਣ ਕੱਚੇ ਤੇਲ ਦੇ ਰੇਟ ਘੱਟ ਹੈ ਅਤੇ ਤੇਲ ਦੇ ਰੇਟ ਬਹੁਤ ਜ਼ਿਆਦਾ ਘਟਾਉਣੇ ਚਾਹੀਦੇ ਸੀਗੇ, ਜਿਸ ਤਰ੍ਹਾਂ ਕੰਪਨੀਆਂ ਨੇ ਵੀ ਕਿਹਾ ਕਿ ਅਗਰ ਜਿਹੜੀਆਂ ਕੰਪਨੀਆਂ ਦੇ ਘਾਟੇ ਪੂਰੇ ਹੋ ਗਏ ਰੇਟ ਘਟਾਉਣੇ ਚਾਹੀਦੇ। ਸੈਂਟਰ ਨੂੰ ਵੀ ਕਿਤੇ ਨਾ ਕਿਤੇ ਦੇਖੋ, ਮੈਂ ਤੁਹਾਨੂੰ ਇੱਕ ਗੱਲ ਕਹਾਂ, ਸ਼ਾਇਦ ਤੁਹਾਨੂੰ ਨਹੀਂ ਪਤਾ, 37% ਕਿੰਨਾ 37% ਟੈਕਸ ਪੰਜਾਬ ਸਰਕਾਰ ਲੈ ਰਹੀ। ਕਿਉਂ ਲੈ ਰਹੀ? ਰੁਪਈਏ 'ਚੋਂ 37 ਪੈਸੇ, ਕੱਢ ਲਓ ਅੰਕੜੇ। ਸੈਂਟਰ ਗੌਰਮੈਂਟ ਨੇ ਆ ਜਿੰਨੀਆਂ ਗਰੀਬਾਂ ਦੀਆਂ ਯੋਜਨਾ ਹੈ, ਜਿੰਨਾ ਕਿਸਾਨਾਂ ਦਾ ਯੋਜਨਾ ਹੈ, ਔਰ ਮੈਡੀਕਲ ਜਿਹੜੇ ਹੈਲਥ ਕਾਰਡ ਆ, ਇਹਨਾਂ ਨੂੰ ਇਹ ਪੁੱਛਦੇ ਲੋ ਕਿ ਇਹਨਾਂ ਨੂੰ ਇਹ ਗੱਲ, ਤੁਸੀਂ ਸਵਾਲ ਪੁੱਛੋ, ਤੁਸੀਂ ਕਹਿੰਦੇ ਕੇਂਦਰ ਕੀ ਕਰ ਰਹੀ? ਕੇਂਦਰ ਨੇ ਹਰ ਗਰੀਬ ਦੇ ਇਲਾਜ ਵਾਸਤੇ 5 ਲੱਖ ਰੁਪਏ ਦਾ ਜਿਹੜਾ ਕਾਰਡ, ਮੈਡੀਕਲ ਕਾਰਡ, ਆਯੁਸ਼ਮਾਨ ਕਾਰਡ ਜਿਹੜਾ ਹੈ ਉਹ ਜਾਰੀ ਕੀਤਾ। ਇੱਥੇ ਕਿਉਂ ਨਹੀਂ ਲਾਗੂ ਕੀਤਾ? ਭਗਵੰਤ ਮਾਨ ਨੇ ਪੁੱਛਿਆ ਤੁਸੀਂ ਕਿਸੇ ਨੇ ਵੀ ਇੱਥੇ ਪੰਜਾਬ 'ਚ ਯੋਜਨਾ ਕਿਉਂ ਨਹੀਂ ਲਾਗੂ ਹੋਣ ਦੇ ਰਹੇ ਕਿ 5 ਲੱਖ ਰੁਪਇਆ ਜਿਹੜੇ ਗਰੀਬ ਦੇ ਖਾਤੇ 'ਚ ਆਏਗਾ ਉਹ ਆਪਣਾ ਇਲਾਜ ਕਰਾ ਸਕੇਗਾ, ਉਹ ਕਿਉਂ ਨਹੀਂ ਲਾਗੂ ਕਰਦੇ? ਅਸੀਂ ਸਾਰੇ ਦੇਸ਼ 'ਚ ਲਾਗੂ ਕੀਤਾ ਹੋਇਆ। ਬਟ ਡਾਕਟਰ ਸਾਹਿਬ, ਦੂਸਰੇ ਤਰਫ ਅਗਰ ਦੇਖਿਆ ਜਾਵੇ ਕਿਸੇ ਨੇ ਪ੍ਰਾਈਵੇਟ ਇੰਸ਼ੋਰੈਂਸ ਕਰਾਉਣੀ ਉਸ 'ਤੇ GST ਬਹੁਤ ਜ਼ਿਆਦਾ ਹੈ। ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਬਈ ਅਸੀਂ ਕੋਸ਼ਿਸ਼ ਇਹ ਗੱਲ ਦੀ ਕਰ ਰਹੇ ਹਾਂ, ਜਿਹੜੀ ਭਾਈ ਸਾਹਿਬ ਨੇ ਗੱਲ ਕਹੀ ਉਹ ਥੋੜ੍ਹੀ ਮੈਨੂੰ ਇਹ ਗੱਲ 'ਤੇ ਜੱਚਦੀ ਹੈ ਕਿ ਹਾਲਾਂਕਿ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜਾ ਤੇਲ ਹੈ ਤੇਲ ਨੂੰ ਵੀ GST ਦੇ ਦਾਇਰੇ 'ਚ ਲਿਆਉਣਾ ਚਾਹੀਦਾ, ਸਮਝ ਗਏ? ਇਹ ਟੈਕਸ ਦਾ ਫਰਕ ਆ, ਕਿਸੇ ਸਟੇਟ ਦੇ ਅੰਦਰ ਟੈਕਸ ਹੋਰ ਹੈ, ਕਿਸੇ ਸਟੇਟ ਦੇ ਅੰਦਰ ਟੈਕਸ ਹੋਰ ਆ। ਔਰ ਜਿਸ ਤਰ੍ਹਾਂ ਪੰਜਾਬ ਹੈ, ਮੈਂ ਤੁਹਾਨੂੰ ਇੱਕ ਗੱਲ ਕਹੀ ਹੈ, ਪੰਜਾਬ ਦੇ ਅੰਦਰ ਦੇਸ਼ ਤੋਂ ਸਭ ਤੋਂ ਜ਼ਿਆਦਾ ਟੈਕਸ ਹੈ, ਠੀਕ ਹੈ? ਔਰ ਜੇ ਮੈਂ ਕਹਾਂ ਦੂਜੀਆਂ ਸਟੇਟਾਂ ਦੇ ਅੰਦਰ ਘੱਟ ਆ, ਅਗਰ ਇਹ GST ਦੇ ਅੰਦਰ ਆ ਜਾਏ, ਅਸੀਂ ਇਸ ਗੱਲ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਕਿ GST 'ਚ ਆ ਜਾਏ, ਤਾਂ ਕਿ ਦੇਸ਼ ਦੇ ਅੰਦਰ ਇਹ ਹਰ ਇੱਕ ਸਟੇਟ ਦੇ ਅੰਦਰ ਇੱਕ ਟੈਕਸ ਲੱਗੇ, ਇਹਦੀ ਕੋਸ਼ਿਸ਼ ਕਰਾਂ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਅੱਜ ਬਦਲਾਂ ਨੂੰ ਬਦਤਰ ਆ, ਆ ਲੁਧਿਆਣੇ ਦੇ ਅੰਦਰ ਕੱਲ੍ਹ ਹੀ ਤੁਸੀਂ ਦੇਖਿਆ ਕੋਰਟ ਕਚਹਿਰੀ ਦੇ ਬਾਹਰ ਕਿਸ ਤਰੀਕੇ ਨਾਲ ਗੁੰਡੇ ਦੰਦ ਦਿਨਾ ਰਹੇ ਸੀਗੇ,
कोई दिन अजिहा मैनू एक दिन दिखा दौ। आज बटाला दे अंदर हो गया, फिर गुरदासपुर के अंदर हो गया सी, फिर जलंधर के अंदर हो गया, अमृतसर के अंदर हर हफ्ते दो घटनावां हो रही हैं। लेकिन भगवंत मान हो रही बंसरी बजाते फिरते आ, उन्होंने सब कुछ गुड नज़र आता ही। लेकिन पंजाब के अंदर असलीयत पता की है? असलीयत यह है कि जेडे गैंगस्टर है ना, ये आम आदमी पार्टी वाले महीना भर दे, जे ये खुद ही उन्होंने पालते हैं। जेलों के जोड़ा धंधा होंगे ना जेलों च, ਉੱਥੋਂ ਹੀ ਸ਼ੁਰੂ ਹੁੰਦਾ ਹੈ ਕੰਮ ਸਾਰਾ। ਉਹ ਤਾਂ ਕਹਿੰਦੇ ਅੱਜ ਥੋੜੀ ਪੈਦਾ ਹੋਏ ਆ ਪੁਰਾਣੀਆਂ ਸਰਕਾਰਾਂ ਦੇ ਪੈਦਾ ਕੀਤੇ, ਤੇ ਹੁਣ ਤੁਸੀਂ ਇਗਜ਼ਾਮ ਕਰਕੇ ਬੈਠੇ ਹੋ, ਤੁਹਾਡੀ ਵਾਸੀ ਦੇ ਮੁੰਡੇ ਆ, ਕਰੋ ਉਹਨਾਂ ਨੂੰ ਜੋ ਕਰਨਾ ਉਹਨਾਂ ਦਾ ਇਲਾਜ ਕਿਉਂ ਨਹੀਂ ਕਰਦੇ? ਲੇਕਿਨ ਮੈਂ ਤੁਹਾਨੂੰ ਇਹ ਗੱਲ ਕਹੀ ਹੈ ਤੇ ਹੁਣ ਪਾਲਣ ਕੌਣ ਡਿਆ ਉਹਨਾਂ ਨੂੰ? ਅੱਗੇ ਤਾਂ ਸਾਡਾ ਨਾਂ ਲੱਲਣ ਦੇ ਹੀ, ਹੁਣ ਸਾਲ ਹੋ ਗਿਆ, ਕੌਣ ਪਾਲਣ ਡਿਆ? ਇਹ ਖੁਦ ਹੀ ਪਾਲਦੇ ਆ। ਇਹ ਤੇ ਕੇਜਰੀਵਾਲ ਆਇਆ ਨਹੀਂ ਸੀ ਮੋਗੇ, ਕਿਤੇ ਘਰ ਠਹਿਰਿਆ ਸੀ ਤੁਹਾਨੂੰ ਪਤਾ ਹੈ ਨਾ? ਪਹਿਲਾਂ ਵੀ ਇਹੀ ਪਾਲਦੇ ਸੀ ਕਿਹੜੇ? ਇਹੀ ਪਾਲਦੇ ਸੀ ਪਹਿਲਾਂ। ਮੈਂ ਤੁਹਾਨੂੰ ਇੱਕ ਗੱਲ ਕਹੀ ਹੈ, ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਇਹ ਪੁੱਛੋ ਜਿਹੜੇ ਵਿਚਾਰੇ ਕੋਈ ਪਲਾਟ ਕੱਟਦਾ ਉਹਦੇ ਕੋਲ ਚੱਲ ਜਾਂਦੇ ਜੀ, ਕੋਈ ਕਾਰਖਾਨਾ ਨਵਾਂ ਲਾਉਂਦਾ ਤੇ ਉਹਦੇ ਕੋਲ ਚੱਲ ਜਾਂਦੇ ਜੀ, ਨਹੀਂ ਲੈ ਰਹੇ ਪੈਸੇ? ਪੁੱਛੋ ਸਾਰਿਆਂ ਨੂੰ। ਅੱਜ ਕੱਲ੍ਹ ਜਲੰਧਰ ਦੇ ਵਿੱਚ ਐਡੀ ਲੰਬੀ ਭੀੜ ਲੱਗੀ ਸੀ ਮੇਰੇ ਕੋਲ ਲੋਕਾਂ ਦੀ, ਜਿਹੜੇ ਲੋਕ ਬਿਆਨ ਕਰ ਰਹੇ ਸੀ ਉੱਥੇ। ਲੇਕਿਨ ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕਿ ਦਿਨ ਦੂਰ ਨਹੀਂ। ਡਾਕਟਰ ਸਾਹਿਬ ਜੇ ਗੱਲ ਕੀਤੀ ਜਾਵੇ ਜਿਸ ਤਰੀਕੇ ਨਾਲ ਇਸ ਵੇਲੇ ਦੇਸ਼ ਦੇ ਵਿੱਚ ਅਡਾਨੀ ਦਾ ਮੁੱਦਾ ਚੱਲ ਰਿਹਾ ਜੀ, ਕੀ ਤੁਹਾਨੂੰ ਲੱਗਦਾ ਵੀ ਇਹ ਫਾਰਮਲੀ ਕੋਈ ਸਾਜਿਸ਼ ਹੈ ਜਾਂ ਵਾਕਈ ਇਹ ਸੱਚਾਈ ਸਾਹਮਣੇ ਆ ਰਹੀ ਹੈ? ਦੇਖੋ ਮੈਂ ਤੁਹਾਨੂੰ ਇਹ ਗੱਲ ਕਹਾਂ ਕਿ ਉਹ ਕਾਰੋਬਾਰੀ ਹੈ, ਉਹ ਸਰਕਾਰ ਦਾ ਹਿੱਸਾ ਨਹੀਂ ਹੈ, ਉਹ ਕੋਈ ਸਰਕਾਰ ਦਾ ਭਾਈਵਾਲ ਨਹੀਂ ਹੈ, ਔਰ ਸਰਕਾਰ ਨਹੀਂ ਬਲਕਿ ਉਹਦੇ ਆਪਣੇ ਕਾਰੋਬਾਰ ਦੇ ਅੰਦਰ ਕਿਸੇ ਜਗ੍ਹਾ ਦੇ ਉੱਪਰ ਕੋਈ ਘਾਟਾ ਹੋ ਰਿਹਾ ਹੈ ਜਾਂ ਕੋਈ ਚੀਜ਼ ਹੋ ਰਹੀ ਹੈ। ਸਰਕਾਰ ਦਾ ਕੰਮ ਆ, ਅਸੀਂ ਬੜਾ ਖੁੱਲ੍ਹ ਕੇ ਗੱਲ ਕਹਿਤੀ ਆ ਵੀ ਅਸੀਂ ਲੋਕਾਂ ਦਾ ਨੁਕਸਾਨ ਨਹੀਂ ਹੋਣ ਦੇਵਾਂਗੇ, ਅਸੀਂ ਲੋਕਾਂ ਦੇ ਪੈਸੇ ਨੂੰ ਚੂਨਾ ਨਹੀਂ ਲੱਗਣ ਦੇਵਾਂਗੇ। ਯਾਰ ਗੱਲ ਮੇਰੀ ਨਹੀਂ ਕੋਈ ਪਾਰਟੀ ਨਹੀਂ ਕਹਿ ਰਹੀ, ਅਸੀਂ ਵਿੱਤ ਮੰਤਰੀ ਦਾ ਉਹਦਾ ਬਚਾਵ ਕਰ ਰਹੀ ਹੈ ਅਡਾਨੀ ਬਈ। ਇਹ ਗੱਲ ਕਹੀ, ਮੇਰੀ ਗੱਲ ਸੁਣ ਲਓ, ਵਿੱਤ ਮੰਤਰੀ ਨੇ ਤੇ ਇਹ ਗੱਲ ਕਹੀ ਆ ਬਈ ਇਹਦੇ ਨਾਲ ਅਜੇ ਲੋਕਾਂ ਦੇ ਪੈਸੇ ਨੂੰ ਕੋਈ ਖਤਰਾ ਨਹੀਂ, ਉਹਨਾਂ ਇਹ ਕਿਹਾ। ਹਾਂਜੀ SBI ਬੈਂਕ ਦਾ ਜਾਂ ਹੋਰ ਜਿਹੜੇ ਬੈਂਕਾਂ ਤੋਂ ਉਹਨੇ ਕਰਜ਼ਾ ਲਿਆ ਉਹਨਾਂ ਦਾ ਦਿਵਾਲਾ ਨਿਕਲਣ ਵਾਲਾ ਹੋਇਆ ਪਿਆ। ਪਹਿਲੀ ਗੱਲ ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕਿ ਉੱਥੇ ਕਮੇਟੀਆਂ ਹਰ ਚੀਜ਼ ਨੂੰ ਵਾਚ ਕਰ ਰਹੀਆਂ, ਹਰ ਚੀਜ਼ ਨੂੰ ਅਸੀਂ ਦੇਖ ਰਹੇ ਹਾਂ। ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕਿ ਬਈ ਉਹਦਾ ਕਾਰੋਬਾਰ ਹੈ, ਪ੍ਰਾਈਵੇਟ ਫਰਮ ਹੈ, ਪ੍ਰਾਈਵੇਟ ਫਰਮ ਦਾ ਕਾਰੋਬਾਰ ਹੈ, ਸਰਕਾਰ ਦੀ ਜਿਹੜੀ ਜ਼ਿੰਮੇਵਾਰੀ ਹੈ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਏਗੀ। ਸਰ ਟੈਂਡਰਾਂ ਨੂੰ ਲੈ ਕੇ ਵੀ ਸਵਾਲ ਚੱਕੇ ਗਏ, ਜਿਸ ਤਰ੍ਹਾਂ ਏਅਰਪੋਰਟ ਦੇ ਟੈਂਡਰ ਦਿੱਤੇ ਗਏ, ਹੋਰ ਕਈ ਟੈਂਡਰ ਦਿੱਤੇ ਗਏ, ਉਸ ਨੂੰ ਲੈ ਕੇ ਵੀ ਸਵਾਲ ਚੱਕੇ ਗਏ ਕਿਤੇ ਨਾ ਕਿਤੇ ਉਹਨਾਂ ਨੂੰ ਫਾਇਦਾ ਦੇਣ ਦੇ ਨਾਂ 'ਤੇ ਜਿਹੜੇ ਦਿੱਤੇ ਗਏ। ਦੇਖੋ ਮੈਂ ਗੱਲ ਕਹਾਂ, ਪਹਿਲੇ ਤਾਂ ਰੌਲਾ ਪੈਂਦਾ ਦੇਸੀ ਵਿਦੇਸੀ ਦਾ। ਪਹਿਲੇ ਤਾਂ ਇਹ ਗੱਲ ਕਹਿੰਦੇ ਸੀ ਕਿ ਤੁਸੀਂ ਬਾਹਰੋਂ ਲੋਕਾਂ ਨੂੰ ਲਿਆ ਕੇ ਇੱਥੇ ਪ੍ਰਮੋਟ ਕਰਦੇ ਹੋ। ਜੇ ਅਸੀਂ ਦੇਸ਼ ਦੇ ਲੋਕਾਂ ਨੂੰ ਪ੍ਰਮੋਟ ਕਰਦੇ ਹਾਂ ਅਤੇ ਦੇਸ਼ ਦੇ ਲੋਕਾਂ ਨੂੰ ਕਹਿੰਦੇ ਹਾਂ ਵੀ ਤੁਸੀਂ ਕੰਮ ਕਾਰ ਕਰੋ, ਤੁਸੀਂ ਅੱਗੇ ਲੱਗੋ, ਅਤੇ ਉਹਦੇ ਵਿੱਚ ਜੇ ਕਿਸੇ ਜਗ੍ਹਾ 'ਤੇ ਕੋਈ ਗਲਤੀ ਹੋਈ ਵੀ ਹੋਏਗੀ ਤਾਂ ਬਿਲਕੁਲ ਸਰਕਾਰ ਉਹਨੂੰ ਦੇਖੇਗੀ, ਅਸੀਂ ਕੋਈ ਗੱਲ ਨਹੀਂ ਮੰਨਦੇ ਸਰ ਗਲਤੀ ਹੋਈ। ਮੈਂ ਤਾਂ ਕੱਲ੍ਹ ਕਹਿ ਰਿਹਾ, ਅੱਜ ਤੱਕ ਆਇਆ ਕੁਛ ਨਹੀਂ ਨਾ ਸਾਹਮਣੇ, ਅਜੇ ਕੋਈ ਚੀਜ਼ ਤਾਂ ਆਵੇ ਸਾਹਮਣੇ ਬਈ, ਜਾਂ ਤਾਂ ਹੋਵੇ ਕੋਈ ਕੇਸ ਸਾਹਮਣੇ ਆਇਆ ਅਜੇ ਤੱਕ ਤਾਂ ਇਸ ਗੱਲ ਦੇ ਅਖਬਾਰੀ ਰੋਲੇ ਸਾਹਮਣੇ ਆ ਰਹੇ ਆ ਜਿੰਨੇ ਕੁ ਤੁਸੀਂ ਪੜ੍ਹਦੇ ਪਏ ਹੋ, ਜਾਂ ਤੁਸੀਂ ਇੰਨੇ ਜਿੰਨੇ ਖੜ੍ਹੇ ਹੋ। ਕੋਈ ਬੰਦਾ ਇਹ ਕਹੇ ਕਿ ਬਈ ਅਸੀਂ ਉੱਥੇ ਇਨਵੈਸਟਮੈਂਟ ਕੀਤੀ ਸੀਗੀ, ਇਹ ਦੇਸ਼ ਦੇ ਲੋਕਾਂ ਦਾ ਨੁਕਸਾਨ ਹੋ ਗਿਆ, ਕੋਈ ਪਤਾ ਤਾਂ ਲੱਗੇ ਨਾ, ਅਤੇ ਮੁਖਤਾ ਰਾਮ ਰੋਲੇ ਦੇ ਨਾਲ ਹੀ ਕਹਾਣੀ ਚਲਾਈ ਜਾਈਏ। ਕੋਈ ਇੱਕ ਚੀਜ਼ ਤਾਂ ਸਾਹਮਣੇ ਆਵੇ, ਕੋਈ ਇਹ ਗੱਲ ਕਹੇ ਕਿ ਭਾਈ ਅਸੀਂ ਉੱਥੇ ਇਨਵੈਸਟ ਕੀਤਾ ਸੀ 100 ਰੁਪਏ, ਮੇਰੇ 10 ਰੁਪਏ ਰਹਿ ਗਏ, ਫਿਰ ਤਾਂ ਮੈਂ ਕਹਾਂ ਅਜੇ ਤੱਕ ਕੋਈ ਚੀਜ਼ ਉਹਨਾਂ ਦਾ ਸ਼ੇਅਰ ਡਾਊਨ ਜਾਣ ਦੀ ਕੀ ਵਜ੍ਹਾ ਜੀ, ਜਿਹੜਾ 50% ਤੋਂ 60% ਯਾਰ ਉਹ ਮੈਂ ਤੁਹਾਨੂੰ ਇਹ ਕੀ ਕਿਹਾ, ਉਹ ਸਾਰੇ ਮੁਲਕ ਦੇ ਜਾਣਦੇ ਆ, ਇਹਦੀ ਨਹੀਂ ਗੱਲ ਕਹਿ ਸਕਦੇ ਤੁਸੀਂ, ਬਾਕੀਆਂ ਦਾ ਨਹੀਂ ਜਾਣਦੇ। ਜਿਹੜੇ ਵਧੇ ਆ ਉਹ ਜਦੋਂ ਵਧਦੇ ਆ 55% ਤੋਂ 60% ਇਕੱਲੇ ਦੇ ਗਏ ਆ ਬਈ। ਮੈਂ ਤੁਹਾਨੂੰ ਇਹ ਗੱਲ ਕਹੀ ਆ ਬਈ ਅਸੀਂ ਉਹਦੇ ਭਾਈਵਾਲ ਨਹੀਂ ਹੈਗੇ, ਮੈਂ ਤੁਹਾਨੂੰ ਇਹ ਗੱਲ ਕਹੀ ਆ ਤੁਹਾਨੂੰ ਇਹ ਕਿਹਾ ਜਿੱਥੇ ਕਿਤੇ ਜੀ ਭੈਣ ਜੀ ਪੰਜਾਬ ਇਸ ਵੇਲੇ ਨਾ ਇਹਦੇ ਯੰਗਸਟਰ ਜਿਹੜੇ ਹੈਗੇ ਆ ਉਹ ਜੌਬ ਨਹੀਂ ਉਹਨਾਂ ਨੂੰ ਮਿਲ ਰਹੀ ਹੈ ਤੇ ਸਾਰੇ ਬਾਹਰ ਬ੍ਰੇਨ ਡਰੇਨ ਦੀ ਸਮੱਸਿਆ ਕਾਫੀ ਸਾਲਾਂ ਤੋਂ ਹੈਗੀ ਆ ਪੰਜਾਬ ਦੀ, ਔਰ ਇਸ ਵਾਰ ਜਿਹੜੀ ਸੈਂਟਰ ਗਵਰਨਮੈਂਟ ਆ ਉਹਨਾਂ ਨੇ ਕਿਹਾ ਵੀ ਅਸੀਂ ਯੂਥ ਨੂੰ ਜਿਹੜਾ ਆ ਉਹ ਬੂਸਟ ਕਰਨ ਵਾਸਤੇ ਉਹਨਾਂ ਤੇ ਜੌਬ ਕ੍ਰੀਏਸ਼ਨ ਦਾ ਉਹਨਾਂ ਨੇ ਕਿਹਾ ਵੀ ਅਸੀਂ ਵੱਧ ਤੋਂ ਵੱਧ ਕਰਾਂਗੇ।
ਉਹਦੇ ਪੰਜਾਬ ਮਤਲਬ ਕੀ ਉਹਨਾਂ ਦੇ ਕੀ ਉਹਨਾਂ ਨੇ ਪੁਆਇੰਟਸ ਲੱਭੇ ਆ ਵੀ ਕਿਵੇਂ ਜੌਬ ਕ੍ਰੀਏਸ਼ਨ ਉਹਦੇ 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 ਬਾਅਦ ਸੇ ਉਹਦੇ ਬਾਅਦ ਸੇ ਹੈ ਕਿ ਅਸੀਂ ਆਪਣਾ ਕਿੱਤਾ ਖੁਦ ਸ਼ੁਰੂ ਕਰਨ, ਨੌਜਵਾਨ ਆਪਣਾ ਕੰਮ ਕਾਰ ਸ਼ੁਰੂ ਕਰਨ। ਉਹਦੇ ਵਾਸਤੇ ਤੁਹਾਨੂੰ ਮੈਂ ਇਹ ਗੱਲ ਕਹੀ ਹੈ ਕਿ ਅਸੀਂ 2 ਲੱਖ ਕਰੋੜ ਰੁਪਏ ਦਾ ਪ੍ਰਾਵਧਾਨ ਕੀਤਾ ਹੈ, ਔਰ ਉਹਦੇ ਵਾਸਤੇ ਉਹਦੀ ਗਰੰਟੀ ਵਾਸਤੇ ਅਸੀਂ 20,000 ਕਰੋੜ ਰੁਪਇਆ ਭਾਰਤ ਸਰਕਾਰ ਨੇ ਬੈਂਕਾਂ ਨੂੰ ਜਮ੍ਹਾਂ ਕਰਾ ਦਿੱਤਾ ਤਾਂ ਕਿ ਯੂਥ ਜਿਹੜਾ ਆ ਉਹ ਆਪਣਾ ਕੰਮ ਕਰਨਾ ਚਾਹੇ ਅਤੇ ਉਹਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਗਰੰਟੀ, ਕੋਈ ਕੁਲੈਕਟਰ, ਕੋਈ ਰਜਿਸਟਰੀ ਦੀ ਲੋੜ ਨਾ ਪਏ। ਇਹ ਸਾਰੀ ਇਹ ਜੋਬ ਕ੍ਰੀਏਟ ਇਹਦਾ ਨੌਜਵਾਨਾਂ ਨੂੰ ਇਹਦਾ ਫਾਇਦਾ ਪਹੁੰਚੇਗਾ। ਔਰ ਦੂਸਰੀ ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕਿ ਵੀ ਬਈ ਅਸੀਂ ਹਰ ਸਾਲ ਜਿਹੜੀਆਂ ਹੁਣ ਨੌਕਰੀਆਂ ਸੈਂਟਰ ਗੌਰਮੈਂਟ 'ਚ ਵੀ ਕੱਢ ਰਹੇ ਹਾਂ, ਔਰ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਹੋਏਗਾ ਕਿ ਕੇਂਦਰ ਸਰਕਾਰ ਵੀ ਨੇ ਵੀ ਜੋਬ ਮੇਲੇ ਲਗਾਏ ਆ, ਔਰ ਅਸੀਂ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜੇ ਸੈਂਟਰ ਗੌਰਮੈਂਟ ਦੇ ਸਿਲੈਕਟ ਹੋਏ ਬੱਚੇ ਹੈ ਅਸੀਂ ਉਹਨਾਂ ਨੂੰ ਚਿੱਠੀਆਂ ਵੰਡੀਆਂ, ਤੁਹਾਡੇ ਸਾਹਮਣੇ ਦੀ ਗੱਲ ਹੈ। ਔਰ ਹਰ ਸਾਲ ਅਸੀਂ 1 ਕਰੋੜ ਨੌਕਰੀ ਜਿਹੜੀ ਸਰਕਾਰੀ ਆ ਉਹ ਵੀ ਕੱਢਣੀ ਹੈ, ਅਤੇ ਅਸੀਂ ਓਨੀ ਹੀ ਨੌਕਰੀ ਦਾ ਪ੍ਰਾਵਧਾਨ ਦੂਜੇ ਵਸੀਲਿਆਂ ਤੋਂ ਕਰ ਰਹੇ ਹਾਂ ਤਾਂ ਕਿ ਲੋਕ ਆਪਣਾ ਕਾਰੋਬਾਰ ਆਪਣਾ ਕਿੱਤਾ ਸ਼ੁਰੂ ਕਰਨ ਤਾਂ ਕਿ ਉਹਨਾਂ ਦਾ ਫਾਇਦਾ ਪਹੁੰਚ ਸਕੇ। ਸਰ, ਜਿਹੜਾ ਤੁਸੀਂ ਜੌਬ ਕ੍ਰੀਏਸ਼ਨ ਦਾ ਕਿਹਾ ਵੀ ਤੁਸੀਂ 1 ਕਰੋੜ ਉਹਨਾਂ ਨੂੰ ਜੌਬ ਲੈਟਰ ਵੰਡੇ ਆ, ਉਹ ਤਾਂ ਮਤਲਬ ਉਹ ਸਿਕਿਓਰ ਨਹੀਂ ਆ ਨਾ, ਪ੍ਰਾਈਵੇਟ ਜੋਬ ਨਹੀਂ ਦਿੱਤੀਆਂ ਜੀ ਅਸੀਂ ਕੋਈ ਵੀ, ਉਹ ਤੁਸੀਂ ਇਹਦੀ ਗੱਲ ਨਹੀਂ ਨਹੀਂ ਉਹ ਭਗਵੰਤ ਮਾਨ ਦੀ ਸਰਕਾਰ ਨੇ ਅਸੀਂ ਨਹੀਂ ਦਿੱਤਾ ਕੋਈ ਵੀ, ਇਹ ਗਲਤ। ਅਸੀਂ ਜਿੰਨੀਆਂ ਦਿੱਤੀਆਂ ਨੌਕਰੀਆਂ ਉਹ ਸਰਕਾਰੀ ਚਿੱਠੀਆਂ ਵੰਡੀਆਂ, ਚਾਹੇ ਅਸੀਂ ਜਲੰਧਰ ਵੰਡੀਆਂ, ਲੁਧਿਆਣਾ ਵੰਡੀਆਂ, ਕਪੂਰਥਲਾ ਵੰਡੀਆਂ, ਫਿਰੋਜ਼ਪੁਰ ਵੰਡੀਆਂ, ਜਿੰਨੇ ਜ਼ਿਲ੍ਹਿਆਂ ਦੇ ਵੰਡਦੇ ਪਏ ਹਾਂ, ਅੰਮ੍ਰਿਤਸਰ ਵੰਡੀਆਂ, ਔਰ ਜਿੰਨੇ ਜ਼ਿਲ੍ਹਿਆਂ 'ਚ ਵੰਡਦੇ ਪਏ ਹਾਂ ਉਹ ਸਰਕਾਰੀ ਨੌਕਰੀਆਂ, ਉਹ ਗੌਰਮੈਂਟ ਆਫ ਇੰਡੀਆ ਦੀਆਂ ਨੌਕਰੀਆਂ। ਸਰ, ਇੱਕ ਤੁਸੀਂ ਆਯੁਸ਼ਮਾਨ ਭਾਰਤ ਸਕਾਲਰਸ਼ਿਪ ਵਾਲਾ ਵੀ ਆਪਾਂ ਪੰਜਾਬ ਸਰਕਾਰ, ਜਿਹੜੀਆਂ ਦੋਨੋਂ ਸਕੀਮਾਂ ਆ ਇਹ ਜ਼ਿਆਦਾ ਸਕਸੈਸਫੁਲ ਹੈ ਨਹੀਂ, ਉਹ ਪਿੱਛੇ ਜੇ ਸਾਰੇ ਡਾਕਟਰਸ ਨੇ ਵੀ ਕਹਿਤਾ ਸੀ ਵੀ ਅਸੀਂ ਇਹ ਕਾਰਡ ਨੂੰ ਨਹੀਂ ਮੰਨਾਂਗੇ, ਸੋ ਇਹ ਮਤਲਬ ਇਹਦੇ ਵਾਸਤੇ ਕੀ? ਦੇਖੋ ਮੇਨਲੀ ਗੱਲ ਇਹ ਹੈ ਕਿ ਦੇਖੋ ਇਹ ਨਹੀਂ ਸਾਰੇ ਕਹਿੰਦੇ, 90% ਜਿਹੜੇ ਸਾਡੇ ਹੋਸਪਿਟਲ ਹੈ ਉਹਨੂੰ ਮੰਨਦੇ ਹੈ, 5-10% ਲੋਕ ਉਹ ਆ ਜਿਨ੍ਹਾਂ ਲੋਕਾਂ ਜਿਹੜੇ ਲੋਕ ਇੱਥੋਂ ਧੰਦਾ ਕਮਾਉਂਦੇ ਆ, ਇਹਨੂੰ ਅੱਗੇ ਐਜੂਕੇਸ਼ਨ ਨੂੰ ਅਤੇ ਹੈਲਥ ਨੂੰ ਅਸੀਂ ਸੇਵਾ ਕਹਿੰਦੇ ਸਾਂ, ਲੇਕਿਨ ਹੁਣ ਇਹਨਾਂ ਨੇ ਬਿਜ਼ਨਸ ਦਾ ਘਰਾਣੇ ਖੋਲ੍ਹ ਰਹੇ ਹੈ, ਲੇਕਿਨ ਅਸੀਂ ਇਹ ਬਿਲਕੁਲ ਤਾੜਨਾ ਦੇ ਦਿੱਤੀ ਹੈ ਸਖ਼ਤ ਕਿ ਚਾਹੇ ਆਦਮੀ ਕਿਸੇ ਵੀ ਜਗ੍ਹਾ ਤੋਂ ਇਲਾਜ ਕਰਾਉਣਾ ਚਾਹੇ ਉਹ ਲਾਗੂ ਹੋਣਾ ਚਾਹੀਦਾ। ਲੇਕਿਨ ਮੈਨੂੰ ਹੈਰਾਨਗੀ ਇਸ ਗੱਲ ਦੀ ਹੈ ਕਿ ਪੰਜਾਬ ਸਰਕਾਰ ਨੂੰ ਇਹਦਾ ਫਾਇਦਾ ਕੀ ਹੋ ਰਿਹਾ, ਰੋਕ ਕੇ ਉਹਦਾ ਨੁਕਸਾਨ ਹੀ ਹੈ ਨਾ ਹੋ ਰਿਹਾ। ਉਹਨਾਂ ਨੂੰ ਚਾਹੀਦਾ ਹੈ ਕਿ ਇਹ ਸਾਰੇ ਕ੍ਰੈਡਿਟ ਕਾਰਡ ਨੂੰ ਇਹ ਜਿਹੜੀਆਂ ਸਕੀਮਾਂ ਨੂੰ ਇਹਨਾਂ ਨੂੰ ਲਾਗੂ ਕਰਨਾ ਚਾਹੀਦਾ। ਦੂਸਰੀ ਮੈਂ ਗੱਲ ਤੁਹਾਨੂੰ ਇਹ ਖਾਸ ਕਹਿਣਾ ਚਾਹੁੰਦਾ ਹੈ ਕਿ ਜਿਹੜੀਆਂ ਸਕੋਲਰਸ਼ਿਪ ਦਾ ਮਾਮਲਾ ਹੈਗਾ, ਸਕੋਲਰਸ਼ਿਪ ਦੇ ਮਾਮਲੇ ਦੇ ਅੰਦਰ ਅਸੀਂ ਹਰ ਸਾਲ ਆ ਹੁਣ ਵੀ ਜਿੰਨਾ ਪੈਸਾ ਉਹਨਾਂ ਨੇ ਸਾਨੂੰ ਮੰਗਿਆ ਸਾਡੇ ਕੋਲੋਂ, ਅਸੀਂ ਕਰੀਬ ਇਹਨਾਂ ਨੂੰ 1,000 ਕਰੋੜ ਰੁਪਏ ਤੋਂ ਉੱਪਰ ਪੈਸਾ ਹੁਣ ਵੀ ਰਿਲੀਜ਼ ਕੀਤਾ ਹੈ। ਔਰ ਅਸੀਂ ਇਹ ਇਹਦੇ 'ਚ ਸਕੀਮ ਇਹ ਹੈ ਕਿ ਬਈ ਜਿਹੜਾ ਗਰੀਬ ਦਾ ਬੱਚਾ ਪੜ੍ਹਦਾ ਹੈ ਸਕੋਲਰਸ਼ਿਪ 'ਤੇ, ਉਹਦੇ ਵਾਸਤੇ ਜੇਕਰ ਉਹਦੀ ਫੀਸ ਹੈ 4,000 ਰੁਪਈਆ, ਅਤੇ ਉਹਦੇ ਵਾਸਤੇ ਅਸੀਂ ਦਿੰਦੇ ਹਾਂ 3,000 ਰੁਪਈਆ, 1,000 ਰੁਪਈਆ ਜਿਹੜਾ ਉਹ ਸਰਕਾਰ ਨੇ ਪਾਉਣਾ ਹੈ, ਲੇਕਿਨ ਸਰਕਾਰ ਜਿਹੜੀ ਹੈ ਪੰਜਾਬ ਦੀ ਆਪਣਾ ਹਿੱਸਾ ਨਹੀਂ ਪਾ ਰਹੀ। ਉਹਦਾ ਹੀ ਕਾਰਨ ਹੈ ਕਿ ਬੱਚੇ ਡਿਸਟਰਬ ਹੋ ਰਹੇ ਹੈ। ਔਰ ਅਸੀਂ ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕਿ ਅਸੀਂ ਬਿਲਕੁਲ ਇਹਨਾਂ ਚੀਜ਼ਾਂ ਨੂੰ ਧਿਆਨ ਰੱਖ ਰਹੇ ਹਾਂ, ਔਰ ਇਹੀ ਗੱਲ ਦਾ ਕਾਰਨ ਹੈ ਕਿ ਸਰਕਾਰ ਦਾ ਖਜ਼ਾਨਾ ਖਾਲੀ ਆ, ਉਹਦੇ ਕੋਲ ਆਪਣਾ ਕੋਈ ਪੈਸਾ ਨਹੀਂ। ਜਿੰਨੀਆਂ ਕੇਂਦਰ ਦੀਆਂ ਸਕੀਮਾਂ ਦੇ ਪੈਸਾ ਆਉਂਦੇ ਆ ਉਹਨਾਂ ਦੀਆਂ ਤਨਖਾਹਾਂ ਦੇ ਦਿੰਦੇ ਆ, ਉਹਨਾਂ ਦੇ ਕਰਜ਼ੇ ਲਾ ਲੈਂਦੇ ਆ, ਸਕੀਮਾਂ ਸਾਡੀਆਂ ਵਿੱਚ ਦੀਆਂ ਵਿੱਚ ਰਹਿ ਰਹੀਆਂ, ਲੇਕਿਨ ਅਸੀਂ ਉਹਦੇ ਵਾਸਤੇ ਕੋਈ ਪੋਲਿਸੀ ਬਣਾ ਰਹੇ।